ਹੈਲੋ ਸਟੂਡੈਂਟਸ, ਮੈਂ ਹਰਪਿੰਦਰ ਕੌਰ, ਤੁਸੀਂ ਦੇਖ ਰਹੇ ਹੋ ਇੰਗਲਿਸ਼ ਵਿਦ ਰੂਪ। ਅੱਜ ਮੈਂ ਤੁਹਾਨੂੰ ਕਿਊ ਕਾਰਡ ਟੌਪਿਕ ਕਰਵਾਉਣ ਜਾ ਰਹੀ ਹਾਂ ਜੋ ਕਿ ਨਿਊ ਲਿਸਟ ਦੇ ਵਿੱਚ ਐਡ ਹੋਇਆ ਹੈ। ਫਸਟ ਵਰਜ਼ਨ ਆ ਚੁੱਕਿਆ ਹੈ ਮੇ ਟੂ ਅਗਸਤ 2024। ਸੋ ਉਸ ਦੇ ਵਿੱਚ ਜੋ ਫਸਟ ਟੌਪਿਕ ਐਡ ਹੋਇਆ ਅੱਜ ਮੈਂ ਤੁਹਾਨੂੰ ਡਿਸਕਸ ਕਰਵਾਉਂਗੀ ਵਿਦ ਫੋਲੋਅਪਸ, ਵਿਦ ਵਕੈਬ ਐਂਡ ਪਲੱਸ ਈਡੀਅਮ। ਐਂਡ ਇਹ ਟੌਪਿਕ ਮੇਕ ਸ਼ੋਰ ਨੇ ਕਿ ਹੋਣ ਵਾਲੀ ਜਿਹੜੀ ਸਪੀਕਿੰਗ ਐਗਜ਼ਾਮ ਹੋਣਗੇ ਉਹਨਾਂ ਦੇ ਵਿੱਚ ਪੁੱਛੇ ਜਾਣਗੇ। ਸੋ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਪ੍ਰਿਪੇਅਰ ਕਰ ਸਕਦੇ ਹੋ। ਸੋ ਫਸਟ ਟੌਪਿਕ ਜੋ ਐਡ ਹੋਇਆ, ਡਿਸਕ੍ਰਾਈਬ ਅ ਪਿਕਚਰ ਆਫ ਯੂ ਦੈਟ ਯੂ ਲਾਈਕ। ਸੋ ਤੁਹਾਡੀ ਕੋਈ ਪਿਕਚਰ ਜਿਹੜੀ ਤੁਹਾਨੂੰ ਪਸੰਦ ਹੈ, ਵੇਅਰ ਇਟ ਵਾਸ, ਕਿੱਥੇ ਲਾਈਕ ਕਲਿੱਕ ਕੀਤੀ ਸੀ ਪਿਕਚਰ, ਵੈਨ, ਕਦੋਂ, ਹੂ ਟੁੱਕ, ਕਿਸ ਨੇ ਕੀਤੀ ਸੀ, ਐਂਡ ਐਕਸਪਲੇਨ ਹਾਊ ਯੂ ਫੈਲਟ ਅਬਾਊਟ ਇਟ। ਸੋ ਟੌਪਿਕ ਤਾਂ ਪਹਿਲਾਂ ਵੀ ਪਿਕਚਰ ਤੇ ਆਏ ਹੋਇਆ, ਬਟ ਥੋੜਾ ਜਿਹਾ ਇਹਨੂੰ ਚੇਂਜ ਕਰਤਾ, ਇਸ ਦੇ ਕਿਊਜ਼ ਨੂੰ ਚੇਂਜ ਕਰ ਦਿੱਤਾ। ਸੋ ਇਸ ਟੌਪਿਕ ਦੇ ਆਪਾਂ ਪਹਿਲਾਂ ਕਰਾਂਗੇ ਰਿਲੇਟੇਬਲ ਵਕੈਬ ਪਲੱਸ ਈਡੀਅਮਸ। ਸੋ ਫਸਟ ਵਰਡ ਆਪਾਂ ਯੂਜ਼ ਕੀਤਾ ਹੈ ਕਲਿੱਕ ਦੇ ਲਈ, ਕੈਪਚਰ। ਠੀਕ ਹੈ, ਕੈਪਚਰ ਦਾ ਮਤਲਬ ਕੀ ਹੁੰਦਾ? ਕਲਿੱਕ ਕਰਨੀ ਆ। ਇਨਡੀਡ ਮਤਲਬ ਕੀ ਹੁੰਦਾ ਹੈ? ਸ਼ੋਰ, ਜਿਹਨੂੰ ਆਪਾਂ ਕਹਿ ਦਈਏ, ਠੀਕ ਹੈ, ਵੀ ਡੈਫੀਨੇਟਲੀ ਇਹ ਚੀਜ਼ ਹੈਗੀ ਹੀ ਹੈਗੀ ਹੈ, ਇਨਡੀਡ ਬਹੁਤ ਜ਼ਰੂਰੀ ਹੈ। ਠੀਕ ਹੈ, ਨੈਕਸਟ ਇਜ਼ ਪ੍ਰਿਜ਼ਰਵ। ਪ੍ਰਿਜ਼ਰਵ ਦਾ ਮਤਲਬ ਹੁੰਦਾ ਸੇਵ ਕਰਨਾ। ਠੀਕ ਹੈ, ਫੋਟੋਜੈਨਿਕ ਕੌਣ ਹੁੰਦਾ? ਜਿਹਨੂੰ ਫੋਟੋ ਖਿੱਚਣ ਦਾ ਬਹੁਤ ਜ਼ਿਆਦਾ ਸ਼ੌਕੀਨ ਹੋਵੇ। ਅਬੰਡੈਂਸ ਦਾ ਮਤਲਬ ਹੁੰਦਾ ਬਹੁਤ ਜ਼ਿਆਦਾ। ਠੀਕ ਹੈ, ਡਿਲਾਈਟਫੁਲ ਐਕਸਪੀਰੀਅੰਸ ਕਹਿ ਦਿੰਦੇ ਆਪਾਂ, ਬਹੁਤ ਹੀ ਜ਼ਿਆਦਾ ਵਧੀਆ ਐਕਸਪੀਰੀਅੰਸ। ਨੈਕਸਟ ਇਜ਼ ਔਨ ਕਲਾਊਡ 9, ਬਹੁਤ ਜ਼ਿਆਦਾ ਖੁਸ਼ ਹੋਣਾ। ਮੈਰਿਡ, ਨੰਬਰ ਆਫ, ਮੈਨੀ। ਨੈਕਸਟ ਹੈ ਓਵਰ ਦਾ ਮੂਨ, ਅਗੇਨ ਬਹੁਤ ਜ਼ਿਆਦਾ ਹੈਪੀਨੈਸ ਜਾਂ ਬਹੁਤ ਜ਼ਿਆਦਾ ਜਦੋਂ ਤੁਸੀਂ ਖੁਸ਼ ਹੁੰਦੇ ਹੋ ਉਹ ਵਾਲੀ ਫੀਲਿੰਗ ਨੂੰ ਐਕਸਪ੍ਰੈਸ ਕਰਨ ਦੇ ਲਈ ਯੂਜ਼ ਕੀਤਾ। ਸੋ ਆਪਾਂ ਹੁਣ ਇਹਦੀ ਸਟਾਰਟਿੰਗ ਕਰਾਂਗੇ। ਦੇਖੋ, ਕਦੇ ਵੀ ਜਦੋਂ ਆਪਾਂ ਕਿਊ ਕਾਰਡ ਦੀ ਸਟਾਰਟਿੰਗ ਕਰਨੀ ਹੈ ਤਾਂ ਕਦੇ ਵੀ ਆਪਾਂ ਇਹ ਸਟਾਰਟਿੰਗ ਡਾਇਰੈਕਟਲੀ ਕਿਊਜ਼ ਨਹੀਂ ਦੱਸਣੇ, ਆਪਾਂ ਨੇ ਪਹਿਲਾਂ ਆਹ ਵਾਲੇ ਟੌਪਿਕ ਦੀ ਇੱਕ ਇੰਟਰੋ ਬਣਾਉਣੀ ਹੈ, ਜਰਨਲ ਲਾਈਨ ਬਣਾਉਣੀ ਹੈ, ਤਾਂ ਕਿ ਆਪਣੀ ਲੈਂਥ ਪੂਰੀ ਹੋ ਸਕੇ। ਸੋ ਹੁਣ ਆਪਾਂ ਫੋਟੋਜ਼ ਦੇ ਉੱਤੇ ਕੁਛ ਪਹਿਲਾਂ ਥੋੜਾ ਜਿਹਾ ਡਿਸਕਸ ਕਰਾਂਗੇ, ਦੈਨ ਫਿਰ ਇਹ ਜਿਹੜੇ ਅੱਗੇ ਕਿਊਜ਼ ਨੇ ਇਹਨਾਂ ਨੂੰ ਕਵਰ ਕਰਾਂਗੇ। ਐਂਡ ਅਗਰ ਤੁਸੀਂ ਮੇਰਾ ਕੋਈ ਵੀ ਮਟੀਰੀਅਲ ਬਾਏ ਕਰਨਾ ਚਾਹੁੰਦੇ ਹੋ ਜਾਂ ਜਿਹੜੇ ਹੁਣ ਇਹ ਵਾਲੇ ਕਿਊ ਕਾਰਡਸ ਨੇ, ਥੋੜੇ ਕੁ ਦਿਨ ਵਿੱਚ ਇਹਨਾਂ ਦੀ PDF ਅਵੇਲੇਬਲ ਹੋ ਜਾਏਗੀ, ਤਾਂ ਤੁਸੀਂ ਇਸ ਵੈਬਸਾਈਟ ਤੋਂ ਪਰਚੇਸ ਕਰ ਸਕਦੇ ਹੋ, englishwithroop.com ਤੋਂ। ਇੱਥੇ ਤੁਹਾਨੂੰ ਸਾਰਾ ਹੀ ਮਟੀਰੀਅਲ ਜਿਹੜਾ ਅਵੇਲੇਬਲ ਹੈ, ਸੋ ਕੋਈ ਵੀ ਮਟੀਰੀਅਲ ਜਿਹੜਾ ਤੁਹਾਨੂੰ ਚਾਹੀਦਾ ਇੱਥੇ ਤੁਸੀਂ ਪਰਚੇਸ ਕਰ ਸਕਦੇ ਹੋ। ਸੋ ਆਪਾਂ ਹੁਣ ਨੈਕਸਟ ਫੇਰ ਅਗੇਨ ਆਪਣੇ ਟੌਪਿਕ ਤੇ ਆਉਂਦੇ ਹਾਂ। ਸੋ ਪਹਿਲਾਂ ਮੈਂ ਕੀ ਕਿਹਾ, ਆਪਾਂ ਇੱਕ ਇੰਟਰੋ ਦੇਣੀ ਆ। ਕੈਪਚਰਿੰਗ ਫੋਟੋਗ੍ਰਾਫਸ ਇਜ਼ ਇਨਡੀਡ ਅ ਵੰਡਰਫੁਲ ਵੇ ਟੂ ਪ੍ਰਿਜ਼ਰਵ ਚੈਰਿਸ਼ਡ ਮੂਮੈਂਟ। ਸੋ ਆਪਾਂ ਇੱਕ ਇੰਟਰੋ ਲਾਈਨ ਦਿੱਤੀ ਕਿ ਕਹਿੰਦੇ ਫੋਟੋਜ਼ ਕਲਿੱਕ ਕਰਨਾ, ਕੈਪਚਰ ਕਰਨਾ, ਠੀਕ ਹੈ, ਬਹੁਤ ਹੀ ਜ਼ਿਆਦਾ ਕਹਿੰਦੇ ਇੱਕ ਵੰਡਰਫੁਲ ਵੇ ਆ ਜਿਹਦੇ ਨਾਲ ਆਪਾਂ ਆਪਣੀਆਂ ਮੂਮੈਂਟਸ ਨੂੰ ਕੀ ਕਰ ਸਕਦੇ ਹਾਂ, ਪ੍ਰਿਜ਼ਰਵ ਕਰ ਸਕਦੇ ਹਾਂ। ਚੈਰਿਸ਼ਡ ਮੂਮੈਂਟਸ ਕਿਹੜੀਆਂ ਹੁੰਦੀਆਂ? ਬਹੁਤ ਹੀ ਜ਼ਿਆਦਾ ਆਪਾਂ ਕਹਿ ਦਈਏ ਵੀ ਜਿਹੜੀਆਂ ਆਪਣੀਆਂ ਮੈਮੋਰੇਬਲ ਮੂਮੈਂਟਸ ਹੁੰਦੀਆਂ। ਚੈਰਿਸ਼ ਦਾ ਮਤਲਬ ਲਾਈਕ ਆਪਾਂ ਉਹਨਾਂ ਨੂੰ ਰਿਫਰੈਸ਼ ਕਰ ਸਕਦੇ ਹਾਂ। ਐਂਡ ਐਜ਼ ਅ ਫੋਟੋਜੈਨਿਕ ਇੰਡੀਵਿਜੁਅਲ, ਜਿਵੇਂ ਕਿ ਕਹਿੰਦੇ ਮੈਂ ਬਹੁਤ ਹੀ ਜ਼ਿਆਦਾ ਸ਼ੌਕੀਨ ਹਾਂ, ਫੌਂਡ ਆਫ ਵਰਡ ਵੀ ਯੂਜ਼ ਕਰ ਸਕਦੇ ਹੋ। ਸਪੈਸ਼ਲੀ ਫੋਟੋਜ਼ ਦੇ ਸ਼ੌਕੀਨ ਨੂੰ ਕਿਹਾ ਜਾਂਦਾ ਫੋਟੋਜੈਨਿਕ। ਆਈ ਟੈਂਡ ਟੂ ਕਲਿੱਕ ਐਨ ਅਬੰਡੈਂਸ ਆਫ ਪਿਕਚਰਸ। ਸੋ ਕਹਿੰਦੇ ਮੈਂ ਆਈ ਟੈਂਡ ਮਤਲਬ ਆਈ ਲਾਈਕ ਟੂ ਕਲਿੱਕ। ਸੋ ਮੈਨੂੰ ਬਹੁਤ ਸਾਰੀਆਂ ਪਿਕਚਰਸ ਕਲਿੱਕ ਕਰਨਾ ਪਸੰਦ ਹੈ, ਨਾਟ ਜਸਟ ਆਫ ਮਾਈ ਸੈਲਫ, ਸਿਰਫ ਮੇਰੀਆਂ ਨਹੀਂ, ਬਟ ਆਲਸੋ ਵਿਦ ਮਾਈ ਲਵਡ ਵਨਸ। ਹੁਣ ਇੱਥੇ ਆਪਾਂ ਕੀ ਕਹਿਤਾ, ਨਾਟ ਤੇ ਬਟ ਆਲਸੋ ਦੀ ਆਪਾਂ ਸਟਰਕਚਰ ਲਗਾਤੀ, ਨਾਟ ਓਨਲੀ ਜਿਵੇਂ ਲਗਾਉਂਦੇ ਹਾਂ ਤੇ ਬਟ ਆਲਸੋ। ਸੋ ਸਿਰਫ ਮੈਨੂੰ ਆਪਣੀਆਂ ਹੀ ਨਹੀਂ ਪਲੱਸ ਮੇਰੀ ਲਵਡ ਵਨਸ ਦੀਆਂ ਵੀ। ਹਾਊ ਏਵਰ ਵਨ ਪਰਟੀਕੁਲਰ ਫੋਟੋਗ੍ਰਾਫ ਹੋਲਡਸ ਅ ਸਪੈਸ਼ਲ ਫੈਸੀਨੇਸ਼ਨ ਫੋਰ ਮੀ। ਸੋ ਸਪੈਸ਼ਲ ਜਿਹੜੀ ਜਗ੍ਹਾ ਹੈ ਮੇਰੀ ਉਸ ਚ, ਸੋ ਕਹਿੰਦੇ ਅ ਪਿਕਚਰ ਫਰੋਮ ਮਾਈ ਫੇਅਰਵੈਲ ਪਾਰਟੀ। ਉਹ ਪਿਕਚਰ ਕਹਿੰਦੇ ਕਿਹੜੀ ਆ? ਮੇਰੀ ਫੇਅਰਵੈਲ ਪਾਰਟੀ ਦੀ ਆ। ਸੋ ਆਪਾਂ ਇਹ ਇੱਕ ਇੰਟਰੋਡਕਸ਼ਨ ਦੇ ਦਿੱਤੀ ਤੇ ਦੱਸ ਦਿੱਤਾ ਕਿ ਉਹ ਪਿਕਚਰ ਕਿਹੜੀ ਹੈ। ਠੀਕ ਹੈ ਜੀ, ਸੋ ਇਸ ਤੋਂ ਬਾਅਦ ਹੁਣ ਆਪਾਂ ਕਿਊਜ਼ ਅਗਲੇ ਪੂਰੇ ਕਰਨੇ ਸਟਾਰਟ ਕਰਾਂਗੇ।
ਕਹਿੰਦੇ ਆਈ ਵਿਵਿਡਲੀ ਰਿਮੈਂਬਰ, ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਵੈਨ ਆਈ ਵਾਜ ਐਟ ਦ ਐਂਡ ਆਫ ਮਾਈ 10th ਕਲਾਸ। ਸੋ ਜਦੋਂ ਮੇਰੀ 10ਵੀਂ ਕਲਾਸ ਖਤਮ ਹੋਣ ਵਾਲੀ ਸੀ, 10th ਕਹਿ ਦੋ, ਪਲੱਸ 2 ਕਹਿ ਦੋ, ਅਗਰ ਕੋਈ ਗ੍ਰੈਜੂਏਸ਼ਨ ਵਾਲੇ ਨੇ ਤਾਂ ਉਹ ਗ੍ਰੈਜੂਏਸ਼ਨ ਕਹਿ ਸਕਦੇ ਆ। ਮਾਈ ਸਕੂਲ ਆਰਗੇਨਾਈਜ਼ਡ ਅ ਫੇਅਰਵੈਲ ਪਾਰਟੀ ਇਨ ਵਿੱਚ ਆਲ ਦਾ ਸਟੂਡੈਂਟ ਡਿਸਾਈਡਿਡ ਟੂ ਵੇਅਰ ਡਿਫਰੈਂਟ ਕਾਈਂਡਸ ਆਫ ਡਰੈਸਿਸ। ਸੋ ਕਹਿੰਦੇ ਸਾਡਾ ਸਕੂਲ ਕੀ ਆਰਗੇਨਾਈਜ਼ ਕਰ ਰਿਹਾ ਸੀ ਪਾਰਟੀ, ਜਿੱਥੇ ਸਭ ਨੇ ਡਿਸਾਈਡ ਕੀਤਾ ਕਿ ਅਸੀਂ ਅਲੱਗ ਅਲੱਗ ਡਰੈਸਿਸ ਵੇਅਰ ਕਰਾਂਗੇ, ਲਾਈਕ ਮੈਨੀ ਅਦਰਸ। ਜਿਵੇਂ ਕਹਿੰਦੇ ਦੂਸਰਿਆਂ ਨੂੰ, ਆਈ ਫਾਊਂਡ ਮਾਈਸੈਲਫ ਇਨ ਆ ਸਟੇਟ ਆਫ ਕਨਫਿਊਜ਼ਨ। ਜਿਵੇਂ ਹਰੇਕ ਨੂੰ ਹੁੰਦਾ ਨਾ ਕਿ ਮੈਂ ਕੀ ਪਾਊਂਗਾ, ਮੈਂ ਕੀ ਪਹਿਨਣਾ, ਸੋ ਸੇਮ ਕਹਿੰਦੇ ਮੇਰੀ ਵੀ ਉਹੀ ਸਿਚੁਏਸ਼ਨ ਸੀ। ਫਾਈਨਲੀ ਆਈ ਮੇਡ ਅਪ ਮਾਈ ਮਾਈਂਡ ਟੂ ਵੇਅਰ ਆ ਟ੍ਰੈਡੀਸ਼ਨਲ ਡਰੈਸ। ਫਾਈਨਲੀ ਕਹਿੰਦੇ ਮੈਂ ਆਪਣਾ ਮਨ ਬਣਾ ਲਿਆ ਕਿ ਮੈਂ ਇੱਕ ਟ੍ਰੈਡੀਸ਼ਨਲ ਡਰੈਸ ਪਾਉਣੀ ਆ। ਤੁਸੀਂ ਉਹ ਟ੍ਰੈਡੀਸ਼ਨਲ ਡਰੈਸ ਇੱਥੇ ਮੈਂਸ਼ਨ ਵੀ ਕਰ ਸਕਦੇ ਹੋ, ਵਿਚ ਇਜ਼ ਇਨ ਮਾਈ ਫੇਵਰੇਟ ਕਲਰ ਰੈੱਡ, ਜੋ ਕਿ ਕਹਿੰਦੇ ਮੇਰੇ ਫੇਵਰੇਟ ਕਲਰ ਆ ਰੈੱਡ। ਇਟ ਵਾਜ ਰੀਅਲੀ ਡਿਲਾਈਟਫੁਲ ਮੂਮੈਂਟ ਫਾਰ ਮੀ ਐਜ਼ ਇਟ ਵਾਜ਼ ਦਾ ਫਸਟ ਟਾਈਮ ਵੈਨ ਆਈ ਹੈਡ ਕੈਰਿਡ ਸੱਚ ਅ ਕਾਈਂਡ ਆਫ ਡਰੈਸ। ਤੇ ਮੇਰੇ ਲਈ ਬਹੁਤ ਹੀ ਵਧੀਆ ਮੂਮੈਂਟ ਸੀ, ਕਿਉਂ? ਕਿਉਂਕਿ ਇੱਦਾਂ ਦੀ ਡਰੈਸ ਮੈਂ ਫਸਟ ਟਾਈਮ ਵੇਅਰ ਕਰਨੀ ਸੀ। ਐਜ਼ ਦ ਡੇ ਅਰਾਈਵਡ, ਸੋ ਉਹ ਦਿਨ ਆ ਗਿਆ, ਕਹਿੰਦੇ ਆਈ ਵੋਰ ਦੈਟ ਬਿਊਟੀਫੁਲ ਡਰੈਸ। ਸੋ ਕਹਿੰਦੇ ਉਸ ਦਿਨ ਮੈਂ ਉਸ ਡਰੈਸ ਨੂੰ ਵੇਅਰ ਕੀਤਾ, ਵੈਂਟ ਟੂ ਮਾਈ ਸਕੂਲ, ਆਪਣੇ ਸਕੂਲ ਗਿਆ, ਐਂਡ ਰਿਸੀਵਡ ਕੰਪਲੀਮੈਂਟਸ ਫਰੋਮ ਆਲ ਮਾਈ ਫਰੈਂਡਸ ਐਂਡ ਟੀਚਰਸ। ਤੇ ਕਹਿੰਦੇ ਮੈਂ ਕੰਪਲੀਮੈਂਟਸ ਰਿਸੀਵ ਕੀਤੇ ਆਪਣੇ ਫਰੈਂਡਸ ਤੇ ਟੀਚਰਸ ਤੋਂ, ਵਿਚ ਮੇਡ ਮੀ ਫੀਲ ਲਾਈਕ ਆਈ ਵਾਜ ਔਨ ਕਲਾਊਡ 9। ਸੋ ਉਦੋਂ ਕਹਿੰਦੇ ਮੈਨੂੰ ਕਿੱਦਾਂ ਦੀ ਫੀਲਿੰਗ ਆਈ, ਕਹਿੰਦੇ ਮੈਂ ਬਹੁਤ ਹੀ ਜ਼ਿਆਦਾ ਖੁਸ਼ ਹੋਇਆ। ਆਲ ਦੋ ਭਾਵੇਂ ਕਿ ਕਹਿੰਦੇ ਆਲ ਦੋ ਕਲਿਕਡ ਮਾਇਰਡ ਆਫ ਪਿਕਚਰਸ, ਠੀਕ ਹੈ, ਮੈਂ ਕਹਿੰਦੇ ਕੀ ਕੀਤਾ, ਆਲ ਦੋ ਆਈ ਕਲਿਕਡ ਮਾਇਰਡ ਆਫ ਪਿਕਚਰ, ਭਾਵੇਂ ਮੈਂ ਬਹੁਤ ਸਾਰੀਆਂ ਪਿਕਚਰਸ ਕਲਿਕ ਕੀਤੀਆਂ ਰੈਂਡਮਲੀ। ਹੁਣ ਕਿਹਨੇ ਪਿਕਚਰ ਕਲਿਕ ਕੀਤੀ ਜਿਹੜੀ ਤੁਹਾਨੂੰ ਜ਼ਿਆਦਾ ਪਸੰਦ ਹੈ, ਹੁਣ ਆਪਾਂ ਅੱਗੇ ਦੱਸਣ ਜਾ ਰਹੇ ਹਾਂ। ਰੈਂਡਮਲੀ, ਜੋ ਅਚਾਨਕ ਕਲਿਕ ਕੀਤੀ ਗਈ ਰੈਂਡਮਲੀ, ਮਾਈ ਟੀਚਰ ਕਲਿਕਡ ਆ ਬਿਊਟੀਫੁਲ ਪਿਕਚਰ ਆਫ ਮਾਈਨ ਵੈਨ ਆਈ ਵਾਜ਼, ਸੋ ਮੇਰੇ ਟੀਚਰ ਨੇ ਕਹਿੰਦੇ ਉਹ ਪਿਕਚਰ ਕਲਿਕ ਕੀਤੀ, ਵੈਨ ਆਈ ਵਾਜ਼ ਅਵਾਰਡਡ ਬਾਈ ਮਾਈ ਪ੍ਰਿੰਸੀਪਲ ਫਾਰ ਮਾਈ ਬਿਹੇਵੀਅਰ ਡਿਊਰਿੰਗ ਦਾ ਸਕੂਲ ਪੀਰੀਅਡ। ਸੋ ਜਦੋਂ ਮੈਨੂੰ ਅਵਾਰਡ ਕੀਤਾ ਜਾ ਰਿਹਾ ਸੀ ਮੇਰੇ ਪ੍ਰਿੰਸੀਪਲ ਦੇ ਥਰੂ ਮੇਰੇ ਬਿਹੇਵੀਅਰ ਦੇ ਕਾਰਨ, ਸੋ ਰੈਂਡਮਲੀ ਜਿਹੜੀ ਉਹ ਪਿਕਚਰ ਕਲਿਕ ਕੀਤੀ, ਉਹ ਵਾਲੀ ਮੈਨੂੰ ਜ਼ਿਆਦਾ ਵਧੀਆ ਲੱਗੀ। ਨੈਕਸਟ ਕਹਿੰਦੇ ਆਫਟਰ ਦੈਟ, ਹੁਣ ਲਾਸਟ ਕੁਐਸਚਨ ਸੀ ਵੀ ਤੁਹਾਨੂੰ ਕਿੱਦਾਂ ਦਾ ਫੀਲ ਹੁੰਦਾ ਹੈ ਨਾ। ਸੋ ਕਹਿੰਦੇ ਆਫਟਰ ਦੈਟ ਵੈਨ ਆਈ ਸੋ ਦੈਟ ਪਿਕਚਰ ਆਈ ਵਾਜ਼ ਸਰਪ੍ਰਾਈਜ਼ਡ ਬਿਕੋਜ਼ ਇਟ ਵਾਜ਼ ਐਨ ਆਈ ਕੈਚਿੰਗ ਪਿਕਚਰ। ਸੋ ਜਦੋਂ ਕਹਿੰਦੇ ਮੈਂ ਉਸ ਪਿਕਚਰ ਨੂੰ ਦੇਖਿਆ ਤਾਂ ਮੈਂ ਬਹੁਤ ਹੀ ਜ਼ਿਆਦਾ ਸਰਪ੍ਰਾਈਜ਼ਡ ਹੋ ਗਿਆ, ਅਮੇਜ਼ਡ ਤੁਸੀਂ ਕਹਿ ਸਕਦੇ ਹੋ, ਕਿਉਂਕਿ ਉਹ ਇੱਕ ਆਈ ਕੈਚਿੰਗ ਪਿਕਚਰ ਸੀ, ਬਹੁਤ ਹੀ ਜ਼ਿਆਦਾ ਵਧੀਆ। ਆਈ ਥੈਂਕ ਮਾਈ ਟੀਚਰ, ਸੋ ਮੈਂ ਉਹਨਾਂ ਦਾ ਥੈਂਕ ਕੀਤਾ, ਠੀਕ ਹੈ, ਫਾਰ ਦੈਟ ਮੈਮੋਰੇਬਲ ਪਿਕਚਰ ਵਿਚ ਆਲਵੇਜ਼ ਰਿਮਾਇੰਡਸ ਮੀ ਆਫ ਦਾ ਪ੍ਰੀਸ਼ੀਅਸ ਟਾਈਮ ਆਫ ਮਾਈ ਲਾਈਫ, ਜੋ ਹਮੇਸ਼ਾ ਮੈਨੂੰ ਇੱਕ ਪ੍ਰੀਸ਼ੀਅਸ ਲਾਈਫ ਬਾਰੇ ਦੱਸਦੀ ਹੈ। ਨਾਓ ਹੁਣ ਕੀ ਹੈ, ਕਹਿੰਦੇ ਆਈ ਹੈਂਗ ਦਿਸ ਪਿਕਚਰ ਇਨ ਦਾ ਡਾਇਨਿੰਗ ਏਰੀਆ ਆਫ ਮਾਈ ਹੋਮ, ਸੋ ਹੁਣ ਮੈਂ ਇਹਨੂੰ ਡਾਇਨਿੰਗ ਏਰੀਆ 'ਚ ਕਹਿੰਦੇ ਹੈਂਗ ਕੀਤਾ ਹੋਇਆ। ਵੈਨ ਐਵਰ ਐਨੀ ਵਿਜ਼ਿਟਰ ਕਮਸ ਟੂ ਮਾਈ ਹੋਮ ਦੇ ਆਲ ਐਪਰੀਸ਼ੀਏਟ ਦਾ ਪਿਕਚਰ ਐਂਡ ਪ੍ਰੇਜ਼ ਮਾਈ ਬਿਊਟੀ, ਸੋ ਹਮੇਸ਼ਾ ਕਹਿੰਦੇ ਉਹ ਐਪਰੀਸ਼ੀਏਟ ਕਰਦੇ ਆ। ਸੋ ਕਹਿੰਦੇ ਜੇ ਤੁਸੀਂ ਇੱਥੇ ਸਿੰਗਲ ਪਿਕਚਰ ਦੀ ਗੱਲ ਕਰਦੇ ਆ, ਸਿੰਗਲ ਦੀ ਵੀ ਕਰ ਸਕਦੇ, ਕਿਉਂਕਿ ਆਪਾਂ ਇਹਦੇ ਵਿੱਚ ਦੱਸਿਆ ਕਿ ਹੋਰ ਪਿਕਚਰਸ ਵੀ ਕਲਿੱਕ ਕੀਤੀਆਂ ਸੀ ਤੇ ਉਹ ਪਿਕਚਰ ਵੀ ਸੀ। ਐਟ ਲਾਸਟ ਵੈਨ ਐਵਰ ਆਈ ਸੀ ਦਿਸ ਪਿਕਚਰ, ਠੀਕ ਹੈ, ਜਦੋਂ ਵੀ ਕਹਿੰਦੇ ਮੈਂ ਇਹ ਪਿਕਚਰ ਦੇਖਦਾ, ਆਈ ਫੀਲ ਲਾਈਕ ਓਵਰ ਦਾ ਮੂਨ, ਸੋ ਮੈਨੂੰ ਕਹਿੰਦੇ ਬਹੁਤ ਹੀ ਜ਼ਿਆਦਾ ਵਧੀਆ ਫੀਲ ਹੁੰਦਾ ਹੈ, ਠੀਕ ਹੈ। ਸੋ ਇਸ ਤਰ੍ਹਾਂ ਇਸ ਟੋਪਿਕ ਨੂੰ ਆਪਾਂ ਕੰਪਲੀਟ ਕੀਤਾ, ਸਿੰਪਲ ਵੀ ਆ, ਵਕੈਬ ਵੀ ਐਡ ਕੀਤੀ ਆ, ਤੇ ਆਪਾਂ ਨੇ ਈਡੀਅਮਸ ਦਾ ਵੀ ਐਡ ਕੀਤਾ, ਤੇ ਆਪਾਂ ਸਾਰੇ ਕਿਊਜ਼ ਨੂੰ ਸਾਰਿਆਂ ਨੂੰ ਕੰਪਲੀਟ ਕਰ ਦਿੱਤਾ। ਸੋ ਇਸ ਤਰ੍ਹਾਂ ਤੁਸੀਂ ਆਪਣਾ ਕਿਊ ਕਾਰਡ ਦੀ ਲੈਂਥ ਵੀ ਮੇਨਟੇਨ ਕਰ ਸਕਦੇ ਹੋ ਤੇ ਆਈਡੀਆਜ਼ ਵੀ ਤੁਹਾਡੇ ਕੰਪਲੀਟ ਹੋ ਜਾਣਗੇ। ਸੋ ਇਸ ਤੋਂ ਬਾਅਦ ਹੁਣ ਕਰਦੇ ਹਾਂ ਜੀ ਇਸ ਦੇ ਫਾਲੋਅਪ ਕੁਐਸਚਨ। 8 ਫਾਲੋਅਪ ਕੁਐਸਚਨ ਇਸ ਲਾਈਕ ਟੋਪਿਕ ਦੇ। ਫਸਟ ਕੁਐਸਚਨ ਹੈ, ਵਾਈ ਡੂ ਪੀਪਲ ਟੇਕ ਫੋਟੋਜ਼।
ਹੁਣ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਰੀਜ਼ਨ ਹੈ। ਸੋ ਦੇਰ ਆਰ ਮੈਨੀ ਰੀਜ਼ਨਸ ਵਾਈ ਪੀਪਲ ਕਲਿੱਕ ਪਿਕਚਰ ਸੱਚ ਐਸ, ਸੋ ਕਿਹੜੇ ਕਿਹੜੇ ਰੀਜ਼ਨ ਨੇ, ਟੂ ਕੈਪਚਰ ਐਂਡ ਪ੍ਰੀਜ਼ਰਵ ਮੈਮਰੀਜ, ਮੈਮਰੀਜ਼ ਨੂੰ ਪ੍ਰੀਜ਼ਰਵ ਕਰਦੇ ਨੇ, ਡਾਕੂਮੈਂਟ ਇੰਪੋਰਟੈਂਟ ਇਵੈਂਟ, ਠੀਕ ਹੈ, ਯਾਦ ਰੱਖਣ ਦੇ ਲਈ, ਐਕਸਪ੍ਰੈਸ ਕ੍ਰੀਏਟਿਵਿਟੀ ਐਂਡ ਸ਼ੇਅਰ ਐਕਸਪੀਰੀਅੰਸਿਸ ਵਿਦ ਅਦਰਸ, ਠੀਕ ਹੈ। ਹੁਣ ਤੁਸੀਂ ਇੱਥੇ ਕਨੈਕਟਰ ਐਡ ਕਰ ਸਕਦੇ ਹੋ, ਅਡੀਸ਼ਨਲੀ ਫੋਟੋਜ਼ ਸਰਵ ਐਜ਼ ਵਿਜ਼ੂਅਲ ਰਿਮਾਈਂਡਰਸ ਆਫ ਚੈਰਿਸ਼ਡ ਮੂਮੈਂਟਸ, ਅਲਾਉਇੰਗ ਪੀਪਲ ਟੂ ਰੀਲਿਵ ਦਮ whenever they view them. Relive ਦਾ ਮਤਲਬ ਵੀ ਉਹ ਦੁਬਾਰਾ ਜੀਂਦੇ ਨੇ ਉਹਨਾਂ ਪਿਕਚਰਸ ਨੂੰ ਦੇਖ ਕੇ, ਸਾਰਾ ਉਹੀ ਫੀਲ ਕਰਦੇ ਆ ਉਹ ਪਿਕਚਰਸ ਨੂੰ ਦੇਖਦੇ ਜਦੋਂ ਉਹ ਪਿਕਚਰਸ ਨੂੰ ਦੇਖਦੇ ਆ। ਸੋ ਆਪਾਂ ਸਾਰੇ ਰੀਜ਼ਨ ਦੱਸਤੇ, ਫਿਰ ਉਸ ਤੋਂ ਬਾਅਦ ਅਡੀਸ਼ਨਲੀ ਪਾ ਕੇ ਇੱਕ ਆਪਾਂ ਪੁਆਇੰਟ ਹੋਰ ਦੇ ਦਿੱਤਾ। ਸੈਕਿੰਡ ਕੁਸ਼ਚਨ ਹੈ, ਕਹਿੰਦੇ ਵਟ ਡੂ ਪੀਪਲ ਯੂਜ ਟੂ ਟੇਕ ਫੋਟੋਜ਼ ਦੀਸ ਡੇਜ਼, ਕੈਮਰਾਜ਼ ਔਰ ਫੋਨਸ। ਸੋ ਅੱਜ ਕੱਲ ਲੋਕ ਕਹਿੰਦੇ ਕੀ ਯੂਜ ਕਰ ਰਹੇ ਨੇ ਫੋਟੋਜ਼ ਟੇਕ ਕਰਨ ਦੇ ਲਈ, ਕੈਮਰਾਜ਼ ਜਾਂ ਫਿਰ ਫੋਨਸ, ਠੀਕ ਹੈ। ਸੋ ਦੀਸ ਡੇਜ਼ ਹੁਣ ਦਾ ਦੱਸਣਾ, ਜਾਂ ਨਾਓ ਡੇਜ਼, ਜਾਂ ਇਨ ਦਾ ਪ੍ਰੈਜੈਂਟ ਸਿਨੈਰੀਓ, ਤੁਸੀਂ ਕੋਈ ਵੀ ਕਨੈਕਟਰ ਐਡ ਕਰ ਸਕਦੇ ਹੋ। ਮੋਸਟ ਪੀਪਲ ਜਾਂ ਮੈਜੋਰਿਟੀ ਆਫ ਪੀਪਲ ਯੂਜ਼ ਦੇਅਰ ਸਮਾਰਟਫੋਨਸ ਟੂ ਟੇਕ ਫੋਟੋਜ਼ ਰੈਦਰ ਦੈਨ ਟ੍ਰੈਡੀਸ਼ਨਲ ਕੈਮਰਾਜ਼। ਸੋ ਜ਼ਿਆਦਾਤਰ ਕੀ ਕਰਦੇ ਨੇ, ਸਮਾਰਟਫੋਨਸ ਦਾ ਯੂਜ਼ ਕਰਦੇ ਨੇ। ਕਿਉਂ? ਕਿਉਂਕਿ ਕਹਿੰਦੇ ਇਹ ਕੀ ਆਫਰ ਕਰਦੇ ਨੇ, ਸਮਾਰਟਫੋਨਸ ਆਫਰ ਕਨਵੀਨੀਅੰਸ, ਪੋਰਟੇਬਿਲਟੀ ਐਂਡ ਇਨਕਰੀਜ਼ਿੰਗਲੀ ਹਾਈ ਕੁਆਲਿਟੀ ਕੈਮਰਾਜ਼, ਸੋ ਮੇਕਿੰਗ ਦਮ ਦ ਪ੍ਰੈਫਰਡ ਚੋਇਸ ਫਾਰ ਕੈਪਚਰਿੰਗ ਐਵਰੀਡੇ ਮੂਮੈਂਟਸ। ਅਡੀਸ਼ਨਲੀ ਸਮਾਰਟਫੋਨਸ ਅਲਾਉ ਫਾਰ ਇੰਸਟੈਂਟ ਸ਼ੇਅਰਿੰਗ ਆਫ ਫੋਟੋਜ਼ ਥਰੂ ਸੋਸ਼ਲ ਮੀਡੀਆ ਪਲੈਟਫਾਰਮਸ। ਸੋ ਆਪਾਂ ਦੱਸਤਾ ਸਾਰੇ, ਆਪਾਂ ਫੀਚਰ ਦੱਸਦੇ ਸਮਾਰਟਫੋਨਸ 'ਚ, ਇਹ ਫੀਚਰ ਆ, ਪਲੱਸ ਇਹ ਕਹਿੰਦਾ ਕੀ ਆ, ਇੰਸਟੈਂਟ ਸ਼ੇਅਰਿੰਗ ਹੋ ਜਾਂਦੀ ਹੈ ਵੀ ਲਾਈਕ ਸੋਸ਼ਲ ਮੀਡੀਆ ਤੇ ਲੋਕ ਇੰਸਟੈਂਟ ਸ਼ੇਅਰ ਕਰ ਦਿੰਦੇ ਆ, ਸੋ ਇਸ ਕਰਕੇ ਉਹ ਸਮਾਰਟਫੋਨਸ ਦਾ ਅੱਜ ਕੱਲ੍ਹ ਜ਼ਿਆਦਾ ਯੂਜ ਕਰਦੇ ਆ। ਨੈਕਸਟ ਥਰਡ ਕੁਸ਼ਚਨ ਹੈ, ਇਜ਼ ਇਟ ਡਿਫੀਕਲਟ ਫਾਰ ਪੀਪਲ ਟੂ ਲਰਨ ਹਾਊ ਟੂ ਟੇਕ ਗੁੱਡ ਫੋਟੋਜ਼। ਕੀ ਕਹਿੰਦੇ ਇਹ ਲੋਕਾਂ ਦੇ ਲਈ ਡਿਫੀਕਲਟ ਹੈ ਕਿ ਗੁੱਡ ਫੋਟੋਜ਼ ਕੈਪਚਰ ਕਰਨਾ, ਕਲਿੱਕ ਕਰਨਾ। ਸੋ ਆਪਾਂ ਕਹਿ ਸਕਦੇ ਹਾਂ, ਇਨ ਮਾਈ ਓਪੀਨੀਅਨ ਲਰਨਿੰਗ ਟੂ ਟੇਕ ਗੁੱਡ ਫੋਟੋਜ਼ ਕੈਨ ਬੀ ਚੈਲੇਂਜਿੰਗ ਫਾਰ ਸਮਵਨ। ਸੋ ਕਈਆਂ ਦੇ ਲਈ ਕਹਿੰਦੇ ਇਹ ਕੀ ਹੁੰਦਾ, ਸਮ ਪੀਪਲ ਦੇ ਲਈ ਇਹ ਚੈਲੇਂਜਿੰਗ ਹੁੰਦਾ, ਬਟ ਇਟ ਆਪਾਂ ਕਹਿ ਸਕਦੇ ਹਾਂ, ਬਟ ਇਟਸ ਨਾਟ ਨੈਸੈਸਰਲੀ ਡਿਫੀਕਲਟ ਫਾਰ ਐਵਰੀਵਨ। ਕਈਆਂ ਦੇ ਲਈ ਡਿਫੀਕਲਟ ਹੋ ਸਕਦਾ ਸਮਵਨ ਦੇ ਲਈ, ਬਟ ਹਰੇਕ ਦੇ ਲਈ ਨਹੀਂ। ਵਿਦ ਦ ਐਡਵਾਂਸਮੈਂਟਸ ਇਨ ਟੈਕਨੋਲੋਜੀ, ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਐਡਵਾਂਸਮੈਂਟਸ ਹੋ ਚੁੱਕੀਆਂ ਨੇ, ਐਂਡ ਦ ਵਾਈਡ ਸਪਰੈਡ ਅਵੇਲੇਬਿਲਿਟੀ ਆਫ ਰਿਸੋਰਸਿਸ ਸੱਚ ਐਜ਼ ਆਨਲਾਈਨ ਟਿਊਟੋਰੀਅਲਸ, ਕੋਰਸਿਸ ਐਂਡ ਫੋਟੋਗ੍ਰਾਫੀ ਐਪਸ, ਮੈਨੀ ਇੰਡੀਵਿਜੁਅਲਸ ਕੈਨ ਇੰਪਰੂਵ ਦੇਅਰ ਫੋਟੋਗ੍ਰਾਫੀ ਸਕਿੱਲਸ ਰਿਲੇਟਿਵਲੀ ਈਜ਼ੀਲੀ। ਸੋ ਕਹਿੰਦੇ ਕੀ ਇਹਨੇ ਰੈਲੇਟਿਵਲੀ ਈਜ਼ੀਲੀ ਉਹ ਆਪਣੀਆਂ ਸਕਿੱਲਸ ਨੂੰ ਇੰਪਰੂਵ ਕਰ ਸਕਦੇ ਨੇ। ਹਾਊਏਵਰ, ਮਾਸਟਰਿੰਗ ਦ ਆਰਟ ਆਫ ਫੋਟੋਗ੍ਰਾਫੀ ਡਜ਼ ਰਿਕੁਆਇਰ ਪ੍ਰੈਕਟਿਸ, ਪੇਸ਼ੈਂਸ ਐਂਡ ਅ ਵਿਲਿੰਗਨੈਸ ਟੂ ਲਰਨ ਐਂਡ ਐਕਸਪੈਰੀਮੈਂਟ। ਕਿਉਂ? ਕਿਉਂਕਿ ਕਹਿੰਦੇ ਜੇ ਆਪਾਂ ਕਿਸੇ ਵੀ ਕੋਈ ਵੀ ਚੀਜ਼ ਸਿੱਖਣੀ ਹੈ, ਹਨਾ, ਸੋ ਉਹਦੇ ਲਈ ਡੈਫੀਨੇਟਲੀ ਪ੍ਰੈਕਟਿਸ, ਪੇਸ਼ੈਂਸ, ਵਿਲਿੰਗਨੈਸ ਦੀ ਜ਼ਰੂਰਤ ਹੋਊਗੀ, ਵੀ ਆਪਣੀ ਇੱਛਾ ਹੋਣੀ ਚਾਹੀਦੀ ਹੈ, ਵੀ ਫਿਰ ਹੀ ਆਪਾਂ ਉਸ 'ਚ ਪਰਫੈਕਟ ਹੋ ਸਕਦੇ ਹਾਂ। ਮਾਸਟਰਿੰਗ ਦਾ ਮਤਲਬ ਵੀ ਉਸ ਦੇ ਵਿੱਚ ਪਰਫੈਕਟ ਹੋਣ ਦੇ ਲਈ। ਹਾਊ ਡੂ ਪੀਪਲ ਕੀਪ ਦੇਅਰ ਫੋਟੋਜ਼? ਸੋ ਅਲੱਗ ਅਲੱਗ ਵੇਜ਼ ਨੇ। ਪੀਪਲ ਕੀਪ ਦੇਅਰ ਫੋਟੋਜ਼ ਡਿਜੀਟਲੀ ਔਨ ਡਿਵਾਈਸਿਸ ਲਾਈਕ ਸਮਾਰਟਫੋਨਸ, ਕੰਪਿਊਟਰਸ ਔਰ ਐਕਸਟਰਨਲ ਹਾਰਡ ਡਰਾਈਵਸ, ਆਫਨ ਯੂਟੀਲਾਈਜ਼ਿੰਗ ਕਲਾਊਡ ਸਟੋਰੇਜ ਫਾਰ ਬੈਕਅਪ। ਸਮ ਆਲਸੋ ਪ੍ਰਿੰਟ ਐਂਡ ਆਰਗੇਨਾਈਜ਼ ਫਿਜ਼ੀਕਲ ਕਾਪੀਜ਼ ਇਨ ਐਲਬਮਸ ਔਰ ਫਰੇਮਸ ਫਾਰ ਈਜ਼ੀ ਵਿਊਇੰਗ ਐਂਡ ਪ੍ਰੀਜ਼ਰਵੇਸ਼ਨ। ਸੋ ਆਪਾਂ ਨੇ ਦੋਨੋਂ ਵਿਊ ਦੱਸਿਆ, ਡਿਜੀਟਲਾਈਜੇਸ਼ਨ ਵੀ ਦੱਸਤਾ ਤੇ ਓਲਡ ਵੇ ਵੀ ਦੱਸਤਾ। ਨੈਕਸਟ ਹੈ, ਡੂ ਇੰਡੀਅਨ ਪੀਪਲ ਲਾਈਕ ਟੂ ਟੇਕ ਫੋਟੋਜ਼ ਆਫ ਦੈਮਸੈਲਵਸ? ਕੀ ਇੰਡੀਅਨ ਪੀਪਲ ਨੂੰ ਆਪਣੀਆਂ ਪਿਕਚਰਸ ਕਲਿੱਕ ਕਰਨੀਆਂ ਪਸੰਦ ਨੇ? ਠੀਕ ਹੈ, ਯੈਸ, ਡੈਫੀਨੇਟਲੀ ਯੈਸ, ਸਰਟੇਨਲੀ।
ਠੀਕ ਹੈ, ਮੈਨੀ ਇੰਡੀਅਨ ਪੀਪਲ ਇੰਜੋਏ ਟੇਕਿੰਗ ਫੋਟੋਜ਼ ਆਫ ਦੈਮਸੈਲਵਸ ਜਸਟ ਲਾਈਕ ਪੀਪਲ ਇਨ ਮੈਨੀ ਅਦਰ ਕਲਚਰਸ, ਜਿਵੇਂ ਦੂਸਰੇ ਲੋਕਾਂ ਨੂੰ ਪਸੰਦ ਨੇ, ਸੇਮ ਕਹਿੰਦੇ ਇੰਡੀਅਨ ਨੂੰ ਵੀ ਪਸੰਦ ਨੇ. ਸੈਲਫੀਜ਼ ਐਂਡ ਗਰੁੱਪ ਫੋਟੋਜ਼ ਆਰ ਕਾਮਨ, ਸਪੈਸ਼ਲੀ ਵਿਦ ਦਾ ਪ੍ਰੀਵਲੈਂਸ ਆਫ ਸਮਾਰਟਫੋਨਸ ਐਂਡ ਸੋਸ਼ਲ ਮੀਡੀਆ ਪਲੈਟਫਾਰਮਸ. ਪ੍ਰੀਵਲੈਂਸ ਦਾ ਮਤਲਬ ਵੀ ਬਹੁਤ ਜ਼ਿਆਦਾ ਕਾਮਨ ਹੋ ਗਿਆ ਅੱਜ ਕੱਲ੍ਹ ਇਹ, like Instagram and Facebook. So it's popular way to capture moments and share experiences with friends and family. So ek ki hai bahut saukha tarika jis naal tusi apni pictures nu share kar sakde ho through inna platforms te. Next question is 6th, why do some people like to delete photos? ਕਿਉਂ ਡਿਲੀਟ ਕਰਦੇ ਨੇ? ਮੈਮਰੀ ਫੁੱਲ ਹੋ ਜਾਂਦੀ ਆ, ਜਾਂ ਕਈ ਪਿਕਚਰ ਸਹੀ ਨਹੀਂ ਹੁੰਦੀਆਂ, ਸਿਰਫ ਉਹ ਟਾਈਡੀ ਕਲੈਕਸ਼ਨ ਰੱਖਣਾ ਚਾਹੁੰਦੇ ਆ. ਕਹਿੰਦੇ ਸਮ ਪੀਪਲ ਲਾਈਕ ਟੂ ਡਿਲੀਟ ਫੋਟੋਜ਼ ਟੂ ਮੈਨੇਜ ਸਟੋਰੇਜ ਸਪੇਸ ਔਨ ਦੇਅਰ ਡਿਵਾਈਸਿਸ, ਮੇਨਟੇਨ ਆ ਟਾਈਡੀ ਡਿਜੀਟਲ ਕਲੈਕਸ਼ਨ, ਟਾਈਡੀ ਹੁੰਦੀ ਆ, ਨੀਟ ਐਂਡ ਕਲੀਨ, ਔਰ ਐਲੀਮੀਨੇਟ ਇਮੇਜਿਸ ਦੈਟ ਦੇ ਨੋ ਲੋਂਗਰ ਵਾਂਟ ਔਰ ਨੀਡ, ਤੇ ਜਿਹਨਾਂ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਹੁੰਦੀ. ਨੈਕਸਟ ਹੈ ਜੀ ਕੁਐਸਚਨ 7th. ਸੈਵਨਥ ਕੁਐਸਚਨ ਹੈ, ਵਾਈ ਡੂ ਸਮ ਪੀਪਲ ਲਾਈਕ ਟੂ ਕੀਪ ਫੋਟੋਜ਼? ਪਹਿਲਾਂ ਕੀ ਸੀ ਕਿ ਡਿਲੀਟ ਕਿਉਂ ਕਰਦੇ ਆ, ਹੁਣ ਹੈ ਕੀਪ ਕਿਉਂ ਕਰਦੇ ਆ? ਸੋ ਕਹਿੰਦੇ ਸਮ ਪੀਪਲ ਲਾਈਕ ਟੂ ਕੀਪ ਫੋਟੋਜ਼ ਟੂ ਪ੍ਰਿਜ਼ਰਵ ਮੈਮਰੀਜ਼, ਡਾਕੂਮੈਂਟ ਇੰਪੋਰਟੈਂਟ ਮੂਮੈਂਟਸ ਇਨ ਦੇਅਰ ਲਾਈਵਸ, ਔਰ ਸ਼ੇਅਰ ਐਕਸਪੀਰੀਅੰਸ ਵਿਦ ਅਦਰਸ. ਫੋਟੋਜ਼ ਸਰਵ ਐਜ਼ ਆ ਵਿਜ਼ੂਅਲ ਰਿਮਾਈਂਡਰ ਆਫ ਚੈਰਿਸ਼ ਟਾਈਮਸ ਐਂਡ ਹੈਲਪ ਪੀਪਲ ਰੀਲਿਵ ਦੋਜ਼ ਮੂਮੈਂਟਸ ਵੈਨ ਐਵਰ ਦੇ ਲੁੱਕ ਐਟ ਦਮ. ਕਹਿੰਦੇ ਕਿਉਂ ਕਰਦੇ ਆ ਜੀ, ਆਪਾਂ ਰੀਜ਼ਨ ਦੱਸ ਦਿੱਤੇ, ਫਿਰ ਆਪਾਂ ਅਡੀਸ਼ਨਲੀ ਪਾ ਕੇ ਤੁਸੀਂ ਕਹਿ ਸਕਦੇ ਹੋ ਇਹੀ ਕੁਐਸਚਨ ਆਪਾਂ ਪਹਿਲਾਂ ਵੀ ਆਲਰੇਡੀ ਆਨਸਰ ਸੇਮ ਇੱਦਾਂ ਦਾ ਦਿੱਤਾ, ਤੇ ਉਹ ਇੱਦਾਂ ਦੀਆਂ ਫੋਟੋਜ਼ ਨੂੰ ਦੇਖ ਕੇ ਕਹਿੰਦੇ ਦੁਬਾਰਾ ਜੀ ਲੈਂਦੇ ਆ, ਹਨਾ, ਉੱਦਾਂ ਦੀਆਂ ਮੂਮੈਂਟਸ ਨੂੰ ਦੁਬਾਰਾ ਫੀਲ ਕਰਦੇ ਆ. ਸੋ ਇਸ ਕਾਰਨ ਉਹ ਕੁਝ ਲੋਕ ਨੇ ਜਿਹੜੀਆਂ ਫੋਟੋਜ਼ ਨੂੰ ਕੀਪ ਕਰਦੇ ਆ. ਨੈਕਸਟ ਕੁਐਸਚਨ ਹੈ, ਹੈਜ਼ ਦਾ ਵੇ ਪੀਪਲ ਟੇਕ ਫੋਟੋਜ਼ ਚੇਂਜਡ? ਸੋ ਕਹਿੰਦੇ ਯੈਸ ਡੈਫੀਨੇਟਲੀ, ਵਿਦ ਸਮਾਰਟਫੋਨਸ ਪੀਪਲ ਟੇਕ ਮੋਰ ਫੋਟੋਜ਼ ਦੈਨ ਬਿਫੋਰ. ਹੁਣ ਜ਼ਿਆਦਾ ਫੋਟੋਜ਼ ਕਲਿੱਕ ਕਰਦੇ ਆ, ਦੇ ਲਵ ਸ਼ੇਅਰਿੰਗ ਔਨ ਸੋਸ਼ਲ ਮੀਡੀਆ, ਸੋ ਦੇ ਆਫਨ ਟੇਕ ਫੋਟੋਜ਼ ਦੈਟ ਲੁੱਕ ਗੁੱਡ ਔਨਲਾਈਨ. ਸੈਲਫੀਜ਼ ਆਰ ਸੁਪਰ ਪਾਪੂਲਰ ਐਂਡ ਐਡੀਟਿੰਗ ਫੋਟੋਜ਼ ਵਿਦ ਫਿਲਟਰ ਇਜ਼ ਕਾਮਨ. ਪਲੱਸ ਤੁਸੀਂ ਕਹਿ ਸਕਦੇ ਡਰੋਨਸ ਦੇ ਨਾਲ ਹੁਣ ਫੋਟੋਜ਼ ਕਲਿੱਕ ਹੁੰਦੀਆਂ, ਡਰੋਨ ਮੇਕ ਇਟ ਈਜ਼ੀ ਟੂ ਟੇਕ ਕੂਲ ਏਰੀਅਲ ਸ਼ੋਟਸ. ਸੋ ਟੈਕਨੋਲੋਜੀ ਐਂਡ ਸੋਸ਼ਲ ਮੀਡੀਆ ਹੈਵ ਮੇਡ ਫੋਟੋ ਟੇਕਿੰਗ ਮੋਰ ਫਨ ਐਂਡ ਅਸੈਸੀਬਲ ਫੋਰ ਐਵਰੀ ਵਨ. ਸੋ ਡੈਫੀਨੇਟਲੀ ਕਹਿੰਦੇ ਚੇਂਜ ਕਰ ਦਿੱਤਾ ਹੈ ਵੇ ਨੂੰ, ਕਿਉਂਕਿ ਹੁਣ ਜ਼ਿਆਦਾ ਫੋਟੋਜ਼ ਕਲਿੱਕ ਹੁੰਦੀਆਂ ਨੇ, ਕੋਈ ਡਰ ਨਹੀਂ ਹੁੰਦਾ ਕਿ ਪਹਿਲਾਂ ਦੀ ਤਰ੍ਹਾਂ ਕਿ ਫਿਲਮ ਖਤਮ ਹੋ ਜੂਗੀ. ਸੋ ਜਿੰਨੀ ਜ਼ਰੂਰਤ ਆ ਉਹ ਫੋਟੋ ਕਲਿੱਕ ਕਰ ਸਕਦੇ ਆ. ਸੈਲਫੀਜ਼ ਪਾਪੂਲਰ ਹੋ ਚੁੱਕੀਆਂ, ਡਰੋਨਸ ਦੇ ਥਰੂ ਪਿਕਚਰ ਕਲਿੱਕ ਹੁੰਦੀਆਂ ਨੇ. ਸੋ ਸਾਰਾ ਜਿਹੜਾ ਵੇ ਆ ਉਹ ਚੇਂਜ ਹੋ ਚੁੱਕਿਆ. ਸੋ ਤੁਸੀਂ ਇਸ ਤਰੀਕੇ ਨਾਲ ਆਨਸਰ ਕਰ ਸਕਦੇ ਹੋ, ਤੇ ਇਹ ਕੁਐਸਚਨਸ ਨੂੰ ਤੁਸੀਂ ਆਪਣੇ ਅਕੋਰਡਿੰਗ ਇਹਦੇ ਵਿੱਚ ਹੋਰ ਆਈਡੀਆ ਲਗਾਉਣਾ ਚਾਹੁੰਦੇ ਹੋ ਤੁਸੀਂ ਉਹ ਵੀ ਲਗਾ ਸਕਦੇ ਹੋ. ਸੋ ਮੈਂ ਸਿੰਪਲ, ਈਜ਼ੀ ਪਲੱਸ ਵਕੈਬ ਤੇ ਈਡੀਅਮਸ ਯੂਜ਼ ਕਰਕੇ ਇਹ ਆਈਡੀਆ ਪ੍ਰਿਪੇਅਰ ਕੀਤਾ. ਜੇ ਤੁਹਾਨੂੰ ਮੇਰੀ ਅੱਜ ਦੀ ਕਲਾਸ ਵਧੀਆ ਲੱਗੀ, ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ. ਮਿਲਦੇ ਹਾਂ ਜੀ ਨੈਕਸਟ ਕਲਾਸ ਦੇ ਨਾਲ. ਬਾਏ ਬਾਏ, ਟੇਕ ਕੇਅਰ.